ਫਗਵਾੜਾ ਵਿੱਚ ਦੇਰ ਰਾਤ ਚਾਰ ਲੁਟੇਰਿਆਂ ਵੱਲੋਂ ਗਨ ਪੁਆਇੰਟ ਤੇ ਖੋਈ ਇੱਕ ਗੱਡੀ ਨੂੰ ਟਰੇਸ ਕਰਦੇ ਹੋਏ ਮੌਕੇ ਤੇ ਪੁੱਜੀ ਪੁਲਿਸ ਤੇ ਲੁਟੇਰਿਆਂ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ SHO ਦੇ ਗਨਮੈਨ ਨੂੰ ਗੋਲੀ ਲੱਗ ਗਈ ਜਿਸ ਕਾਰਨ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਰੇਟਾ ਗੱਡੀ ਦੇ ਮਾਲਕ ਅਵਤਾਰ ਸਿੰਘ ਜੋ ਸਥਾਨਕ ਇੱਕ ਬੈਂਕ 'ਚ ਮੁਲਾਜ਼ਮ ਨੇ ਉਹਨਾਂ ਦੱਸਿਆ ਕਿ ਜਦੋਂ ਉਹ ਗੱਡੀ 'ਚ ਆਪਣੇ ਘਰ ਜਾ ਰਹੇ ਸਨ ਤਾਂ ਅਰਬਨ ਸਟੇਟ ਕੋਲ ਚਾਰ ਲੁਟੇਰੇ ਆਏ ਜੋ ਗਨ ਪੁਆਇੰਟ 'ਤੇ ਉਹਨਾਂ ਦੀ ਗੱਡੀ ਖੋ ਕੇ ਫਰਾਰ ਹੋ ਗਏ। ਇਸ ਦੌਰਾਨ ਉਹਨਾਂ ਪੁਲਿਸ ਨੂੰ ਸੂਚਨਾ ਦਿੱਤੀ। ਉਹਨਾਂ ਪੁਲਿਸ ਨੂੰ ਦੱਸਿਆ ਕਿ ਗੱਡੀ 'ਚ GPS ਲੱਗਿਆ ਹੋਇਆ ਹੈ। ਪੁਲਿਸ ਨਾਲ ਉਹ GPS ਦੀ ਮਦਦ ਨਾਲ ਗੱਡੀ ਨੂੰ ਟਰੇਸ ਕਰਨ ਲੱਗੇ। ਇਸ ਦੌਰਾਨ ਉਹਨਾਂ ਦੀ ਗੱਡੀ ਦੀ ਲੋਕੇਸ਼ਨ ਮਿਲ ਗਈ। ਜਦੋਂ ਪੁਲਿਸ ਪਾਰਟੀ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਲੱਗੀ ਤਾਂ ਲੁਟੇਰਿਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਗਵਾੜਾ ਪੁਲਿਸ ਦੀ ਉਕਤ ਕਾਰਵਾਈ ਦੌਰਾਨ ਥਾਣਾ ਸਿੱਟੀ ਫਗਵਾੜਾ 'ਚ ਤੈਨਾਤ ਇੱਕ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ਦੇ ਗੋਲੀ ਲੱਗ ਗਈ ਜਿਸ ਕਾਰਨ ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗੱਡੀ ਬਰਾਮਦ ਕਰ ਲਈ ਹੈ ਅਤੇ ਲੁਟੇਰਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਾਜ਼ਮ ਦੀ ਕੋਈ ਬਤਾਇਆ ਜਾ ਰਿਹਾ ਕਿ ਕਿਸੇ SHO ਸਾਹਿਬ ਦੀ ਗਨਮੈਨ ਦੀ ਵੀ ਕਿਸੇ ਗੋਲੀ ਲੱਗੀ ਹੈ? ਨਹੀਂ, ਇਸ ਸੰਬੰਧੀ ਮੈਨੂੰ ਕੋਈ ਪਤਾ ਨਹੀਂ ਹੈਗਾ, ਪਰ ਫਿਰ ਵੀ ਮੈਂ ਕੋਈ ਨਹੀਂ ਕਨਫਰਮ ਕਰਕੇ ਤੁਹਾਨੂੰ ਦੱਸ ਦਿੰਦਾ। ਜਿਹੜੇ ਵਿਅਕਤੀ ਤੁਸੀਂ ਲੈ ਕੇ ਆਏ ਹੋ, ਇਹ ਕਿੱਥੋਂ ਕੀ ਹੋਇਆ, ਕੀ ਸੀ ਕਾਰਨ ਸਾਰਾ? ਇਹ ਜਿਹੜੇ ਬੰਦੇ ਆ, ਇਹ ਮੇਰੇ ਖਿਆਲ ਫਗਵਾੜੇ ਤੋਂ ਕਿਤੇ ਗੱਡੀ ਗੁੱਡੀ ਚੋਰੀ ਦੇ ਸੰਬੰਧ ਦੇ ਵਿੱਚ ਆ ਗਏ ਸੀ, ਚੋਰੀ ਕਰਕੇ ਭੱਜੇ ਸੀ, ਇਸ ਕਰਕੇ ਪੁਲਿਸ ਪਾਰਟੀ ਜਿਹੜੀ ਮਗਰ ਲੱਗੀ। ਸੂਤਰ ਤੋਂ ਬੋਲਿਆ ਵੀ ਪਤਾ ਲੱਗਿਆ ਪੁਲਿਸ ਨਾਲ ਆਪਸੀ ਦੇ ਵਿੱਚ ਫਾਇਰਿੰਗ ਵੀ ਹੋ ਰਹੀ ਸੀਗੀ? ਨਹੀਂ, ਫਾਇਰਿੰਗ ਦੇ ਬਾਰੇ ਮੈਨੂੰ ਨਹੀਂ ਇਸ ਬਾਰੇ ਪਤਾ ਕੋਈ ਨਹੀਂ। ਅਤੇ ਇਹਨਾਂ ਨੇ ਇੰਜਰ ਹਾਲਤ ਸਿਵਲ ਹਸਪਤਾਲ ਫਲੋਰ ਤੋਂ ਲੈ ਕੇ ਆਏ ਹਾਂ ਅਤੇ ਇਹਨਾਂ ਨੂੰ ਦਾਖਲ ਕਰਾ ਦਿੱਤਾ। ਇਹ ਡਿਟੇਲ ਇਹਨਾਂ ਦੇ ਜਿਹੜੇ ਬੰਦੇ ਜ਼ਖਮੀ, ਇਹਨਾਂ ਦੇ ਨਾਂ ਲਿਖੇ ਆ। ਕੀ ਨਾਮ ਆ ਸਰ ਇਹਨਾਂ ਦੇ? ਇਹਨਾਂ ਦਾ ਨਾਂ ਹੈਗਾ ਇੱਕ ਰਮਜੀਤ ਸਿੰਘ ਜੀ, ਦੂਜੇ ਦਾ ਨਾਂ ਹੈਗਾ ਵਿਸ਼ਨੂੰ ਅਤੇ ਤੀਜੇ ਦਾ ਨਾਂ ਹੈਗਾ ਕੁਲਵਿੰਦਰ ਸਿੰਘ। ਅਤੇ ਕਿੱਥੇ ਦੇ ਰਹਿਣ ਵਾਲੇ ਨੇ? ਇਹ ਵੀ ਪਤਾ ਲੱਗਾ ਸਰ ਇੱਕ ਵਿਅਕਤੀ ਇਹਨਾਂ ਵਿੱਚੋਂ ਜਿਹੜਾ ਚਾਰ ਜਣੇ ਸੀ ਟੋਟਲ, ਇੱਕ ਜਿਹੜਾ ਇੱਥੋਂ ਦੀ ਰਫੂ ਚੱਕਰ ਹੋ ਗਿਆ ਉੱਥੋਂ ਦੀ ਮੌਕੇ ਤੋਂ। ਰਫੂ ਚੱਕਰ ਨਹੀਂ, ਤਫਤੀਸ਼ ਕਰਕੇ ਦੱਸ ਦਊਂਗੇ। ਇਹ ਗੈਂਗਸਟਰ ਨੇ ਸਾਰੇ? ਨਹੀਂ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿੰਦਾ। ਨਹੀਂ, ਗੈਂਗਸਟਰ ਦਾ ਜੋ ਸਾਨੂੰ ਇਨਫੋਰਮੇਸ਼ਨ ਹੈ ਕਿ ਗੈਂਗਸਟਰ, ਮੈਂ ਤਾਂ ਸਿਰਫ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ। ਨਹੀਂ, ਜੋ ਸਾਨੂੰ ਸੁਣਨ 'ਚ ਆਇਆ ਕਿ ਮੁੱਠਭੇੜ ਹੋਈ ਹੈ, ਮੁੱਠਭੇੜ ਦੇ ਵਿੱਚ ਇਹ 3 ਘਾਇਲ ਹੋਏ ਨੇ, ਜਿਹੜੇ ਅਫਸਰ ਸਾਡੇ ਦੱਸ ਸਕਦੇ ਜੀ? ਜੇ ਤੁਹਾਨੂੰ ਕਿੰਨੀ ਕੁ ਉਹਦੇ ਬਾਰੇ ਜਾਣਕਾਰੀ? ਮੈਂ ਦੱਸਿਆ ਉੱਥੋਂ ਸਿਵਲ ਹਸਪਤਾਲ ਫਲੋਰ ਤੋਂ ਸਿਵਲ ਹਸਪਤਾਲ ਜਲੰਧਰ ਲਈ ਜ਼ਖਮੀ ਹਾਲਤ ਦੇ ਵਿੱਚ ਲੈ ਕੇ ਆਇਆ। ਇਹਨਾਂ ਦੀ ਗੋਲੀਆਂ ਲੱਗੀਆਂ ਹੋਈਆਂ? ਹਾਂਜੀ ਹਾਂਜੀ। ਕਿੰਨੇ ਜਣੇ ਦੀ ਗੋਲੀਆਂ ਲੱਗੀਆਂ ਨੇ ਇਹਨਾਂ ਦੇ ਵਿੱਚ? ਤੇ ਅਵਤਾਰ ਸਿੰਘ ਜੀ, ਕੀ ਮਾਮਲਾ ਹੋਇਆ ਸੀ ਭਾਜੀ, ਦੱਸ ਦਿਓ ਮਾੜਾ ਵੀ, ਕਰ ਦਿਓ ਕੀ, ਕਿੱਥੇ ਗੱਡੀ ਖੋਈ ਤੁਹਾਡੀ? ਗੱਡੀ ਸਾਡੀ ਅਰਬਨ ਸਟੇਟ ਕੋਲ ਖੋਈ ਜੀ। ਅੱਛਾ ਜੀ। ਮੈਂ ਕੀ ਕਹਿੰਦੇ ਆ, ਗਨ ਪੁਆਇੰਟ ਤੇ ਖੋਲੀ ਗੱਡੀ। ਅੱਛਾ ਜੀ। ਗੱਡੀ ਨੂੰ ਟਰੈਕ ਕਰਦੇ ਪਏ ਸੀ ਅਤੇ ਗੱਡੀ ਨੂੰ ਟਰੈਕ ਕਰਕੇ ਪਹੁੰਚੇ ਤਾਂ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਮੁੰਡੇ 'ਤੇ ਗੋਲੀ ਲੱਗ ਗਈ ਅਤੇ ਇੱਥੇ ਹੋਸਪਿਟਲ ਪਹੁੰਚਦੇ ਇੱਥੇ ਪਹੁੰਚ ਕੇ ਹੀ ਡੈਥ ਹੋਈ ਵਿਚਾਰੀ। ਛੋਟੇ ਬਾਈ ਜੀ, ਉਹ ਕਿੰਨੇ ਲੋਕ ਸੀ ਜਿਹਨੇ ਮੋਰੇ ਗੋਲੀਆਂ ਚਲਾਈ, ਪਤਾ ਕੁਛ? 4 ਕੁ ਜਣੇ ਸੀ। ਤੁਸੀਂ ਕਿੰਨੇ ਜਣੇ ਸੀ ਉਹ ਗੱਡੀ ਤੁਹਾਡੀ ਖੋਈ ਉਹਨਾਂ ਨੇ? ਮੈਂ ਆਪਾਂ ਨੇ ਆਪਾਂ 2 ਜਣੇ ਸੀ। ਤੁਸੀਂ 2? ਉਹ 4 ਜਣੇ ਸੀ, 4 ਕੋ ਗਨ ਸੀ ਦਿਖਾਈ 2 ਜਣਿਆਂ ਨੇ। ਅੱਛਾ ਜੀ। ਕਿਹੜੀ ਗੱਡੀ ਸੀ ਆਪਣੇ ਕੋਲ? ਮੇਰੇ ਕੋਲ ਕਰੇਟਾ ਸੀ। ਆਪਾਂ ਕਿੱਥੋਂ ਜਾ ਰਹੇ ਸੀ? ਮੈਂ ਘਰ ਆ ਉੱਥੇ। ਅੱਛਾ, ਮਸਟ ਘਰ ਸੀ, ਕਾਨੂੰ ਜਾ ਰਹੇ ਸੀ। ਹਾਂਜੀ। ਤੇ ਉੱਥੋਂ ਗੋਲੀਆਂ ਕਿੱਥੇ, ਗੋਲੀ ਜਿਹੜੀ ਚੱਲੀ ਹੈ ਕਿੱਥੇ ਚੱਲੀ ਸੀ? ਫਲੋਰ ਕਿੱਥੇ? ਪਿੰਡ ਸੀ ਜੀ ਕੋਈ, ਮੈਂ ਬਹੁਤ ਕੱਚਾ ਜਿਹਾ ਰਾਹ 'ਚ ਹੋ ਕੇ ਆਪਾਂ ਪਿੱਛਾ ਕਰਦੇ ਗਏ ਸੀ। ਅੱਛਾ ਜੀ। ਅਤੇ ਪਤਾ ਨਹੀਂ ਕਿਹੜਾ ਪਿੰਡ ਸੀ, ਮੈਂ ਸ਼ੋਰ ਨਹੀਂ ਰਿਹਾ। ਇਹ ਜਿਹੜੇ ਮੁੰਡੇ ਮੁਲਾਜ਼ਮ ਦੇ ਗੋਲੀ, ਕਿੰਨੇ ਟੋਟਲ ਮੁਲਾਜ਼ਮ ਸੀ? 4 ਜਣੇ ਸੀ। ਇਹ 4 ਜਣੇ ਸੀ? ਇੱਥੇ SHO ਸਾਹਿਬ ਨਾਲ ਸੀ ਇਹਨਾਂ ਦੇ? ਮੈਨੂੰ ਪਤਾ ਨਹੀਂ ਕੌਣ ਸੀ, ਵਰਦੀ ਪਾਈ ਸੀ ਉਹਨੇ, ਮੈਨੂੰ ਪਤਾ ਨਹੀਂ। ਤੁਹਾਡੀ ਗੱਡੀ ਦਾ ਕੁਛ ਪਤਾ ਲੱਗਾ ਫਿਰ? ਗੱਡੀ ਮਿਲ ਗਈ ਜੀ, ਬੰਦੇ ਫੜ ਲਏ ਸੀ ਉਹਨਾਂ ਨੇ, ਪਰ ਫਾਇਰਿੰਗ ਕਰਨੀ ਸ਼ੁਰੂ ਕਰਤੀ ਸੀ। ਅਤੇ ਫਿਰ ਮੌਕੇ 'ਤੇ ਫੜੇ ਗਏ ਕਿ ਭੱਜ ਗਏ ਸੀ, ਇੰਨਾ ਕੁਛ ਪਤਾ ਲੱਗਾ? ਨਹੀਂ, ਆਈ ਥਿੰਕ ਫੜ ਲਿਆ। ਫੜ ਲਿਆ ਕਿੰਨੀਆਂ ਗੋਲੀਆਂ ਲੱਗੀਆਂ? ਇੱਕੋ ਗੋਲੀ। ਠੀਕ ਹੈ ਜੀ।